ਮੰਮੀ ਜੀ, ਕਾਹਦੇ ਵਾਸਤੇ ਬੁਲਾਇਆ ਹੈ ਮੈਨੂੰ ਤੁਸੀਂ? ਮੈਂ ਪੁੱਤ, ਤੈਨੂੰ ਕੋਈ ਜ਼ਰੂਰੀ ਕੰਮ ਸੀ ਮੈਨੂੰ? ਤੈਨੂੰ ਕੰਮ ਪੈ ਕੋਈ ਗਿਆ ਤੁਹਾਨੂੰ? ਜ਼ਰੂਰੀ ਤੇਰੇ ਨਾਲ ਵਿਮਲ ਦੇ ਕੋਈ ਗਲਤ ਨਹੀਂ ਕੀਤੀ? ਨਹੀਂ, ਮੇਰੇ ਨਾਲ ਨਹੀਂ ਕੀਤੀ, ਤੁਸੀਂ ਦੱਸੋ। ਜਾਂ ਸ਼ਮੀ ਨੇ? ਨਾ ਨਾ, ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਕੱਲ੍ਹ ਆਇਆ ਸੀ ਸੋਨ ਨੂੰ, ਉਹ ਕੀ ਕਹਿੰਦਾ? ਕਹਿਣਾ ਕੀ ਆ, ਉਹ ਤਾਂ ਤਲਾਕ ਦੇ ਕਾਗਜ਼ ਲੈਣ ਦੇ ਉਹਨੇ। ਉਹ ਕਹਿੰਦਾ ਆ ਕੇ ਕਿੰਨਾ ਕਹਿੰਦੇ, ਆਹ ਲਓ ਫੜੋ ਸਾਈਨ ਮੈਂ ਕਰਤੇ ਜੇ, ਤੇ ਗੁਰਪ੍ਰੀਤ ਨੂੰ ਵੀ ਕਹੋ ਸਾਈਨ ਕਰੇ। ਅੱਛਾ, ਤੇ ਮੈਂ ਇਸ ਜਨਾਨੀ ਨਾਲ ਨਹੀਂ ਰਹਿ ਸਕਦਾ, ਤੇ ਜੇ ਤੁਸੀਂ ਚਾਹੁੰਦੇ ਜੇ ਕਿ ਇਹ ਮੇਰੇ ਘਰ ਰਹੇ ਤੇ ਮੇਰੇ ਨਾਂ ਤੇ ਕੁਝ ਲਾਵੋ, ਮੇਰਾ ਹਿੱਸਾ ਦਵੋ, ਤੇ ਫਿਰ ਭਰਾ ਮੈਂ ਕੀ ਕਰਨਾ ਸੀ? ਫੱਕ ਤਾਂ ਮੈਨੂੰ ਫਿਰ ਅੱਗ ਤਾਂ ਛਕਣਾ ਹੀ ਪੈਣਾ ਸੀ, ਤੇ ਛੱਕ ਲਿਆ ਫਿਰ ਮੈਂ। ਉਹ ਜਿਹੜਾ ਤੇਰੇ ਸਹੁਰਿਆਂ ਨੇ ਪਲਾਟ ਨਹੀਂ ਸੀ ਦਿੱਤਾ, ਇੱਧਰ ਰੋਡ ਤੇ ਜਿਹੜਾ ਲੱਗਦਾ ਹੈ 200 ਗਜ਼ ਦਾ, ਜਿਹਦੇ ਅਗਲੇ ਬੰਨੇ ਦੁਕਾਨਾਂ ਵੀ ਆ, ਤੇ ਮੈਂ ਫਿਰ ਉਹਨੂੰ ਕਿਹਾ ਤੇਰੇ ਨਾਂ ਤੇ ਇਹ ਕਰ ਦਿੰਦੀ ਮੈਂ। ਅੱਛਾ, ਆਹ ਤਾਂ ਬੜੇ ਅਰਮਾਨ ਨਾਲ ਕਹਿਤਾ ਤੁਸੀਂ ਤੇਰੇ ਨਾਂ ਤੇ ਕਰ ਦਿੰਦੀ ਹੈ। ਮੇਰਾ ਹਿੱਸਾ ਕਿਉਂ ਉਹਦੇ ਨਾਲ ਕਰਨਾ, ਦੱਸੋ ਮੈਨੂੰ? ਉਹ ਤਾਂ ਮੇਰੇ ਸਹੁਰਿਆਂ ਨੇ ਦਿੱਤੀ ਜਾਇਦਾਦ, ਉਹ ਮੇਰੇ ਨਾਮ, ਤੇ ਮੈਂ ਕਾਹਦੇ ਲਈ ਆਪਣੇ ਹਿੱਸੇ 'ਚ ਉਹਨੂੰ ਹਿੱਸਾ ਦੇਵਾਂ? ਲੈ ਪੁੱਤ, ਤੂੰ ਨਹੀਂ ਦੇਣੀ ਤੇ ਹੋਰ ਕਿੰਨੇ ਦੇਣੀ ਆ? ਤੂੰ ਦੇਗਾ, ਅਮਨ ਦੇਗਾ, ਹੋਰ ਕਿੰਨੇ ਦੇਣੀ? ਮੇਰੇ ਕੋਲ ਕਿੱਥੋਂ ਆਈਆਂ ਚੀਜ਼ਾਂ? ਉਹ ਸਾਰੇ ਦਾ ਸਾਰਾ ਮੈਂ ਉਹਦੇ ਨਾਲ ਲਾ ਦਵਾਂ, ਤੁਸੀਂ ਉਹਨੂੰ ਕਹਿਤਾ ਵਾ ਵੀ ਉਹ ਸਾਰਾ ਤੇਰੇ ਨਾਲ ਲਾ ਦੂੰਗਾ। ਹਾਂ, ਮੈਂ ਕਹਿ ਦਿੱਤਾ ਉਹਨੂੰ। ਅੱਛਾ, ਤੇ ਮੈਂ ਕਿੱਥੇ ਜਾਣਾ ਮੁੜ ਕੇ? ਤੇ ਮੈਂ ਤਾਂ ਹੁਣ ਜ਼ਬਾਨ ਦੇਤੀ ਆ। ਇਹ ਮੈਨੂੰ ਨਹੀਂ ਪਤਾ ਮੰਮੀ, ਮੈਂ ਨਹੀਂ ਜੇ ਦੇ ਸਕਦਾ ਉਹਦੇ 'ਚ ਹਿੱਸਾ ਕੋਈ ਵੀ। ਰਾਜੂ, ਫਿਰ ਕੁੜੀ ਸਾਰੀ ਉਮਰ ਇੱਥੇ ਬੈਠੀ ਰਹਿਣੀ ਜੇ? ਉਹ ਫਿਰ ਅਮਨ ਨੂੰ ਵੀ ਕਹੋ ਨਾ, ਉਹਦੀ ਘਰਦੀ ਨੂੰ ਵੀ ਕਹੋ, ਮੈਂ ਇਕੱਲਾ ਕਿੱਦਾਂ ਦੇਣਾ ਸਾਰਾ ਹਿੱਸਾ? ਉਹ ਪਲਾਟ ਸਾਰਾ ਮੇਰਾ ਵਾ, ਤੇ ਮੈਂ ਆਪਣੇ ਹਿੱਸੇ ਦਾ ਸਹੁਰਿਆਂ ਤੋਂ ਲਿਆ ਤੇ ਸਾਰਾ ਉਹਨੂੰ ਬਣਾ ਦੇਵਾਂ, ਮੈਂ ਸਾਰਾ ਸੋਰਾ ਨਹੀਂ ਦੇਣਾ। ਮੇਰੀ ਗੱਲ ਸੁਣ, ਸਾਰਾ ਕੁਝ ਤੇ ਹੁਣ ਆਪਣਾ ਹੀ ਹੋ ਗਿਆ ਨਾ, ਤੇ ਹੁਣ ਆਪਾਂ ਜਿਹਨੂੰ ਮਰਜ਼ੀ ਦੇਈਏ ਨਾ ਦੇਈਏ? ਮੰਮੀ, ਹੋ ਤੇ ਆਪਣਾ ਗਿਆ ਵਾ, ਪਰ ਮੈਂ ਆਪਣੇ ਹਿੱਸੇ ਦਾ ਸਾਰਾ ਕੁਝ ਕਿਉਂ ਦਵਾਂ? ਇਹ ਦੱਸੋ ਮੈਨੂੰ। ਮੰਮੀ, ਮੇਰੀ ਗੱਲ ਸੁਣੋ, ਮੈਂ ਪਤਾ ਕਿੰਨੇ ਜੱਬਾਂ ਨਾਲ ਉਹ ਪਲਾਟ ਬਣਾਇਆ ਵਾ, ਕਿੰਨੇ ਮੈਨੂੰ ਯਤਨ ਕਰਨੇ ਪਏ, ਆਪਣੇ ਸਹੁਰਿਆਂ ਦੇ ਤਰਲੇ ਕੱਢਣੇ ਪਏ ਆ। ਕਿੱਦਾਂ ਤੁਸੀਂ ਮਿੰਟ ਨਹੀਂ ਲਾਉਣ ਦੇ ਵੀ ਸਾਰਾ ਕੁਝ ਉਹਨੂੰ ਦੇ ਦੇ, ਉਹਦੇ ਨਾਲ ਕਰਦੇ ਪਲਾਟ, ਮੈਂ ਨਹੀਂ ਜੇ ਕਰਨਾ ਕਰਨਾ ਕੁਛ ਵੀ। ਮੇਰੀ ਗੱਲ ਸੁਣ, ਤੂੰ ਸਮਝਦਾ ਕਿਉਂ ਨਹੀਂ ਪਿਆ? ਮੈਂ ਸਮਝਿਆ। ਕੀ ਸਮਝਿਆ ਤੂੰ? ਮੇਰੀ ਗੱਲ ਸੁਣ, ਤੂੰ ਵੱਡਾ ਭਰਾ ਆ, ਪਿਓ ਦੀ ਜਗ੍ਹਾ ਤੋਰੇ ਸਾਰੇ ਪਾਸੇ ਧੀਆਂ ਦੇ ਤੂੰ ਹੀ ਟਕਣੇ ਆ। ਮੰਮੀ, ਮੈਂ ਵੱਡਾ ਵਾਂ, ਇਹਦਾ ਮਤਲਬ ਸਾਰਾ ਕੁਝ ਮੈਂ ਆਪਣਾ ਹੀ ਦੇਈ ਜਾਵਾਂ? ਹੁਣ ਮੈਂ ਦੇਤਾ ਤੇ ਮੇਰਾ ਕਲੇਸ਼ ਫਿਰ ਘਰ ਵੀ ਹੋਣਾ। ਵਿਮਲ ਦੇ ਦਊਗੀ ਬਈ? ਅੱਛਾ, ਅੱਜ ਵਿਮਲ ਦੇਣ ਦਊਗੀ? ਇਹ ਕਰੋ ਨਾ, ਤੂੰ ਵਿਮਲ ਦਾ ਪੁਜਾਰੀ ਹੋ ਗਿਆ। ਕਿਹੜਾ ਕੰਮ ਉਹਦੇ ਕੋਲ ਪੁੱਛ ਕੇ ਕੀਤਾ ਈ, ਜਿਹੜਾ ਅੱਜ ਤੂੰ ਇਹ ਕੰਮ ਪੁੱਛ ਕੇ ਕਰਨਾ ਈ ਉਹਦੇ ਕੋਲੋਂ? ਮੰਮੀ, ਮੇਰੀ ਗੱਲ ਸੁਣੋ, ਮੈਂ ਨਹੀਂ ਚਾਹੁੰਦਾ ਕਿ ਮੇਰੀ ਤੇਰੀ ਲੜਾਈ ਹੋਵੇ ਇਸ ਗੱਲ ਤੋਂ। ਅੱਛਾ, ਹੁਣ ਤੈਨੂੰ ਲੜਾਈ ਦਾ ਵੀ ਖਤਰਾ ਹੋਣ ਲੱਗ ਪਿਆ? ਵੀ ਰੋਜ਼ ਉਹਦੇ ਨਾਲ ਤੂੰ ਲੜਦਾ ਰਿਹਾ ਤੇ ਅੱਜ ਤੈਨੂੰ ਬੜਾ ਲੜਾਈ ਦਾ ਹੋਣ ਲੱਗ ਪਿਆ। ਮੇਰੀ ਗੱਲ ਸੁਣ, ਜੋ ਮਰਜ਼ੀ ਕਰ, ਇਹ ਪਲਾਟ ਤੇ ਜਾਊਗਾ ਹੁਣ ਉਹਦੇ ਨਾਲ, ਮੈਂ ਸੁਣਨ ਵਾਅਦਾ ਕਰ ਚੁੱਕੀ ਹਾਂ। ਮੰਮੀ, ਮੈਨੂੰ ਇਸ ਗੱਲ ਦਾ ਨਹੀਂ ਪਤਾ ਤੁਸੀਂ ਵਾਅਦਾ ਕੀਤਾ ਕਿ ਨਹੀਂ ਕੀਤਾ, ਮੇਰੀ ਵੀ ਗੱਲ ਸੁਣ ਲਓ ਫਿਰ। ਮੈਂ ਨਹੀਂ ਜੀ ਆਪਣੇ ਪਲਾਟ ਦੇ ਵਿੱਚ ਹਿੱਸਾ ਦੇਣਾ, ਜਾਂ ਤੇ ਅਮਨ ਤੇ ਉਹਦੀ ਘਰ ਦੀ ਵੀ ਮੈਨੂੰ ਕੋਈ ਨਾ ਕੋਈ ਦਵੇ ਤੇ ਫਿਰ ਉਹਨੂੰ ਇਕੱਠਾ ਦੇ ਦੇ, ਮੈਂ ਇਕੱਲੇ ਨਹੀਂ ਦੇਣਾ। ਅਮਨ ਦਾ ਤਾਂ ਸਿਆਪਾ ਹੋ ਜਾਵੇ, ਉਹਨੇ ਉਹੀ 3-4 ਵਾਰੀ ਜਿਹੜਾ ਮੈਨੂੰ ਫੋਨ ਕੀਤਾ ਕੀਤਾ, ਉਸ ਤੋਂ ਬਾਅਦ ਵਿੱਚ ਤੋਂ ਸਵਿੱਚ ਆਫ ਆਣ ਡਿਆ ਹੀ, ਤੇ ਉਹਨੇ ਸਿਆਪੇ ਕਰਕੇ ਮੈਂ ਰਗੜੇ ਜਾਵਾਂ, ਮੈਂ ਠੇਕਾ ਲਿਆ ਵਾ। ਲੈ, ਤੇਰਾ ਭਰਾ ਆ ਛੋਟਾ, ਤੇ ਮੈਂ ਕੀ ਕਰਾਂ ਦੱਸੋ? ਉਹਦੀ ਘਰ ਵਾਲੀ ਦੇਖੇ ਆਣਾ। ਮੇਰੀ ਗੱਲ ਸੁਣ, ਉਹਨੂੰ ਕੱਢਣ ਵਿੱਚ ਤੂੰ ਹੀ ਰਾਜੀ ਸੀ ਨਾ, ਕਿ ਇਹਨੂੰ ਕੱਢ ਦੋ, ਇੱਥੋਂ ਕੱਢ ਦੋ, ਚੰਗਾ ਕੱਢੇ ਦੁਬਾਰਾ ਇੱਥੇ ਮੂੰਹ ਵੀ ਨਹੀਂ ਮਾਰਨ ਦੇਣਾ। ਕੱਢ ਦਿੱਤਾ ਵਾ, ਮੈਂ ਮੰਨਦਾ ਕੱਢ ਦਿੱਤਾ ਵਾ, ਪਰ ਹੁਣ ਦੱਸੋ ਮੈਨੂੰ, ਮੈਂ ਸਾਰਾ ਕੁਝ ਆਪਣਾ ਥੋੜਾ ਗਵਾ ਲੈਣਾ ਵਾ, ਹੁਣ ਉਹਨਾਂ ਨੂੰ ਵੀ ਪੁੱਛੋ ਭਾਈ। ਵੀ ਸ਼ਮੀ ਨੂੰ ਆਵਾਜ਼ ਦੇਂਦੇ ਜੇ, ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਕਿਹਾ ਸੀ ਵੀ ਅਮਨ ਦੇ ਵੱਲੋਂ ਜਾਇਦਾਦ ਜਿਹੜੀ ਆਉਣੀ ਆ ਉਹ ਵੀ ਆ ਲੈ ਲਾਂਗੇ ਸਾਰੀ, ਤੇ ਸਾਰੀ ਬਰਾਬਰ ਵੰਡਾਂਗੇ, ਤੇ ਕੀ ਲਿਆਂਦਾ ਵਾ ਦੱਸੋ ਮੈਨੂੰ? ਆਹ ਕੀ, ਇੱਕ ਡੱਬੀ ਜੀ ਆ ਲੱਕੜ ਦੀ ਤੇ ਇੱਕ ਡੱਬੀ ਜੀ ਬਾਹਰ ਖਿਲਾਰੀ ਆ, ਹੈਂ? ਉਹਦਾ ਕੀ ਫਾਇਦਾ ਮੈਨੂੰ ਦੱਸੋ? ਕੀ ਆ ਮੰਮੀ ਜੀ? ਮੇਰੀ ਗੱਲ ਸੁਣ, ਅੜਾ ਕੱਲ ਦਾ ਤੈਨੂੰ ਪਤਾ ਸੋਨੂੰ ਨੂੰ ਕਹਿਤਾ
ਕਿ ਤੈਨੂੰ ਮਕਾਨ ਦੇ ਦਾਂਗੇ ਉਧਰ ਵਾਲਾ ਪਲਾਟ ਜਿਹੜਾ ਹੈਗਾ ਦੁਕਾਨਾਂ ਵਾਲਾ, ਹਾਂਜੀ ਕਿਹਾ ਸੀ ਨਾ, ਹਾਂਜੀ, ਤੇ ਹੁਣ ਉਹ ਕਹਿੰਦਾ ਹੈ ਕਿ ਮੈਂ ਆਪਣਾ ਪੂਰਾ ਕੱਲੇ ਨੀ ਹਿੱਸਾ, ਅਮਨ ਨੂੰ ਵੀ ਕਹੋ ਹਿੱਸਾ ਦਵੋ ਆਪਣਾ, ਮੈਂ ਨਾਲੇ ਕਾਹਦੇ ਲਈ ਦਵਾਂ, ਦੱਸੋ ਮੈਨੂੰ, ਤੁਸੀਂ ਸਿਆਣੇ ਜੇ ਤੁਸੀਂ ਇਹ ਹੁਣ ਤੁਸੀਂ ਤੂੰ ਆ ਉਹ ਇੱਥੇ ਹੁੰਦਾ ਤੇ ਉਹ ਬਹਿ ਕੇ ਗੱਲ ਕਰਦਾ, ਹੁਣ ਜਦੋਂ ਤੂੰ ਹੈਗੀ ਆ ਹੁਣ ਤੂੰ ਬੰਦੇ ਦੀ ਜਗ੍ਹਾ ਤੂੰ ਹੀ ਗੱਲ ਕਰਨੀ ਆ, ਮੈਂ ਕਾਹਦੀ ਗੱਲ ਕਰਨੀ ਆ, ਦੱਸ ਭਾਜੀ ਘਰ ਚ ਵੱਡੇ ਆ, ਅੱਜ ਤੱਕ ਹਰ ਚੀਜ਼ ਇਹਨਾਂ ਨੂੰ ਪੁੱਛ ਕੇ ਹੁੰਦੀ ਰਹੀ ਆ, ਹੁਣ ਹਿੱਸਾ ਦੇਣ ਦੀ ਵਾਰੀ ਆਈ ਆ ਤੇ ਹੁਣ ਤੁਸੀਂ ਮੈਨੂੰ ਪੁੱਛਣ ਲੱਗ ਪਏ ਜੇ, ਅੱਜ ਤੱਕ ਕਿਹੜਾ ਕੰਮ ਮੈਨੂੰ ਪੁੱਛ ਕੇ ਕੀਤਾ ਤੁਸੀਂ? ਮੇਰੀ ਗੱਲ ਸੁਣ, ਹਿੱਸਾ ਤੇ ਦੇਣਾ ਪੈਣਾ ਹੀ ਆ, ਅੱਧਾ ਤੂੰ ਦੇ ਤੇ ਅੱਧਾ ਉਹ ਦੇ, ਗੱਲ ਸਾਫ਼ ਆ ਨਾ, ਮੰਮੀ ਜੀ ਮੈਂ ਕਾਹਦਾ ਦਵਾਂ, ਜਿਹੜੀ ਅਮਨ ਨੇ ਕਮਾਈ ਕੀਤੀ ਆ ਉਹਦੇ ਚੋਂ ਦੇ ਦਿਓ ਅਮਨ ਨੂੰ ਪੁੱਛ ਕੇ, ਮੇਰੇ ਦੁਆਲੇ ਕਾਹਦਾ ਹੋ ਗਏ ਜੇ, ਮੇਰੇ ਕੋਲ ਕੀ ਆ ਜਿਹੜਾ ਮੈਂ ਦੇ ਦਵਾਂ, ਤੁਹਾਡੀ ਅੱਖ ਕਿਹੜੀ ਚੀਜ਼ ਤੇ ਆ? ਇਹ ਮੈਨੂੰ ਨਹੀਂ ਪਤਾ, ਇਹ ਤੁਸੀਂ ਵੇਖਣਾ ਮੰਮੀ ਵੀ ਕਿੱਦਾਂ ਹੈ ਲੱਗਦਾ ਹੈ। ਉਹ ਤਾਂ ਤੂੰ ਵੀ ਕਹਿੰਦੀ ਸੀ ਕਿ ਦੋਵੋਂ ਕੁੜੀ ਨੂੰ ਹਿੱਸਾ, ਦੋਵੋਂ ਕੁੜੀ ਨੂੰ ਹਿੱਸਾ। ਹਾਂ ਮੰਮੀ ਮੈਂ ਘਰ ਚੋਂ ਕਿਹਾ ਵਾ, ਘਰ ਚ ਜੋ ਬਣਿਆ ਵਾ ਨਾ, ਜੋ ਪਹਿਲੇ ਦਾ ਬਣਿਆ ਹੋਇਆ ਵਾ ਇਹਨਾਂ ਦੋਵਾਂ ਭਰਾਵਾਂ ਦਾ, ਉਹਦੇ ਚੋਂ ਦੋ ਹਿੱਸਾ, ਮੈਂ ਇਹ ਕਹਿਣ ਦੀ ਆ। ਜੇ ਅਮਨ ਨੇ ਨਹੀਂ ਕੁਝ ਬਣਾਇਆ, ਜੇ ਭਾਜੀ ਨੇ ਬਣਾਇਆ ਤਾਂ ਫਿਰ ਭਾਜੀ ਦੇਣਗੇ, ਨਹੀਂ ਤੇ ਦੋਵੇਂ ਭਰਾ ਰਲ ਕੇ ਦੇਣ। ਅਲਾ ਕਰ ਲਾਂਗਾ ਤੇ ਦੇਣ ਰਲ ਕੇ, ਮੈਂ ਵੀ ਤੇ ਉਹ ਗੱਲ ਕਹਿਣ ਡਈ ਨਾ ਹੁਣ ਧੀ ਨੂੰ ਥੋੜਾ, ਕਿ ਮੈਨੂੰ ਉਸ ਤਰ੍ਹਾਂ ਹੀ ਕਹਿ ਦੇਵਾਂ ਕਿ ਚਲੇ ਜਾ, ਫੇਰ ਲੜਾਈ ਕਲੇਸ਼ ਹੋਵੇ। ਉਹੀ ਨਾ ਮੰਮੀ, ਉਹਨੂੰ ਓਦਾਂ ਨਾ ਭੇਜਿਓ, ਨਾ ਸੋਨੂੰ ਭਾਜੀ ਨੇ ਹੁਣ ਰਹਿਣ ਦੇਣਾ ਜੀ ਉਹਨਾਂ ਨੂੰ, ਤੁਹਾਡੇ ਸਾਹਮਣੇ ਕੱਲ ਤਲਾਕ ਨਾ ਮੰਗ ਲੈ। ਚੱਲ ਸਰਕਾਰ ਘੜੀ 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 ਘੜੀ, ਤੂੰ ਸਾਡੀ ਗੱਲ ਕੱਟ ਤੇ ਸੋਨੂੰ ਦੀ ਗੱਲ ਜ਼ਿਆਦਾ ਕਰਦੀ ਆ, ਪਤਾ ਨਹੀਂ ਕੀ ਗੱਲ ਆ। ਮੰਮੀ ਜੀ ਮੈਂ ਤੇ ਇਸ ਘਰ ਬਾਰੇ ਸੋਚਦੀ ਆ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਨਾ ਤੇ ਅੱਜ ਤੋਂ ਬਾਅਦ ਮੈਂ ਗੁਰਪ੍ਰੀਤ ਦੀ ਕੋਈ ਗੱਲ ਨਹੀਂ ਕਰੂੰਗੀ। ਮੈਂ ਚਾਹੁੰਦੀ ਆ ਉਹ ਆਪਣੇ ਘਰੇ ਜਾ ਕੇ ਵਸੇ, ਉਹਨੂੰ ਦੋ ਜੋ ਦੇਣਾ। ਯਾਰ ਘਰੇ ਜਾ ਕੇ ਵਸੇ ਅਸੀਂ ਤੇ ਕਹਿੰਦੇ ਆ ਕਿ ਮੈਂ ਵੀ ਦੇਣਾ ਵਾ, ਤੁਸੀਂ ਵੀ ਦਿਓ ਤੇ ਬਰਾਬਰ ਦਾ ਦਿੰਦੇ ਆ ਨਾ। ਭਾਜੀ ਤੁਸੀਂ ਮੈਨੂੰ ਕੀ ਕਹਿਣ ਦੇ ਜੇ, ਕਰੋ ਆਪਣੇ ਭਰਾ ਨੂੰ ਫੋਨ, ਜੋ ਉਹਦੇ ਕੋ ਹੈਗਾ ਵਾ ਦੋ ਉਹਦੇ ਚੋਂ ਹਿੱਸਾ, ਨਾਲ ਤੁਸੀਂ ਦੋ ਵੱਡੇ ਜੇ। ਸ਼ੰਮੀ ਮੇਰੀ ਗੱਲ ਸੁਣ, ਵੱਡਾ ਤਾਂ ਮੈਂ ਹੈਗਾ ਵਾਂ, ਪਰ ਤੇਰੇ ਕੋਲ ਵੀ ਸਭ ਕੁਛ ਹੈਗਾ ਹੀ ਆ, ਜਿਹੜਾ ਤੇਰੇ ਨਾਂ ਵਾ ਉਹ ਕੱਲ੍ਹ ਨੂੰ ਅਮਨ ਦੇ ਨਾਂ ਹੀ ਲੱਗਣਾ ਸਭ ਕੁਛ, ਤੇ ਤੂੰ ਵੀ ਲਿਆ ਆਪਣਾ। ਤੁਹਾਡਾ ਮਤਲਬ ਕੀ ਕਹਿਣ ਦਾ? ਮਤਲਬ ਕੀ ਕਹਿੰਦਾ ਜੇ ਇੱਥੇ ਮੇਰੇ ਨਾਂ? ਮਤਲਬ ਸਾਫ਼ ਸਾਫ਼ ਆ, ਜਿਹੜੀ ਜ਼ਿਆਦਾ ਤੇਰੇ ਨਾਂ ਨਾ ਉਹ ਲਿਆ ਇੱਧਰ ਆਪਣੇ ਨਾਲ ਆ ਗਿਆ ਅਮਨ ਦੇ ਨਾਂ, ਤੇ ਫਿਰ ਅਸੀਂ ਦੋਵੇਂ ਭਰਾ ਰਲ ਕੇ ਤੁਹਾਨੂੰ ਹਿੱਸਾ ਦੇ ਦਾਂਗੇ ਭੈਣ ਨੂੰ, ਕਿਉਂਕਿ ਮੇਰੀ ਗੱਲ ਸੁਣ, ਇੱਕ ਧਿਆਨ ਨਾਲ ਪਹਿਲਾਂ ਪਹਿਲੇ ਨਾ ਬੋਲੀ ਜਾਣ, ਜਿਹੜੇ ਮੇਰੇ ਆ ਨਾ ਜਾਇਦਾਦ ਉਹ ਜਿਹੜੀਆਂ ਦੁਕਾਨਾਂ ਵਾ ਉਹ ਮੇਰੇ ਸਹੁਰਿਆਂ ਨੇ ਦਿੱਤੀਆਂ ਹੋਈਆਂ ਵਾ, ਤੇ ਤੂੰ ਵੀ ਆਪਣੇ ਪੇਕਿਆਂ ਤੋਂ ਲੈ ਕੇ ਆਖਰ, ਫਿਰ ਬਰਾਬਰ ਦਾ ਹਿੱਸਾ ਦੇਵਾਂਗੇ। ਭਾਜੀ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਆਪਣੇ ਸਹੁਰਿਆਂ ਤੋਂ ਠੱਗ ਠੱਗ ਕੇ ਦੁਕਾਨਾਂ ਬਣਾਈਆਂ ਵਾ ਤੇ ਮੈਂ ਵੀ ਜਾ ਕੇ ਪਿੱਛੋਂ ਜਾਇਦਾਦ ਮੰਗਾ, ਮੇਰੀ ਇੰਨੀ ਗੱਲ ਸੁਣ ਲਓ। ਤੇ ਮੇਰੀ ਗੱਲ ਸੁਣ ਫਿਰ, ਜੇ ਮੇਰੇ ਸਹੁਰਿਆਂ ਨੇ ਬਣਾਈਆਂ ਨਾ ਮੇਰੇ ਨਾਂ ਦੇ ਤੇ ਮੈਂ ਉਹ ਚੋਂ ਨਹੀਂ ਉਹ ਦੇਣਾ ਫਿਰ ਕੁਛ ਵੀ, ਜੋ ਫਿਰ ਘਰ ਚੋਂ ਹੈਗਾ ਦੇ ਦੇ ਫਿਰ। ਤੇ ਨਾ ਦੋ, ਭੈਣ ਤੁਹਾਡੀ ਇੱਥੇ ਬੈਠੀ ਆ ਤੇ ਉਹਨੂੰ ਬੈਠੀ ਰਹਿਣ ਦੋ, ਉਹ ਤੇ ਅੱਗੇ ਅੰਦਰ ਰੋਣ ਡਈ ਆ। ਇੱਕ ਪਾਸੇ ਤੂੰ ਕਹਿੰਦੀ ਆ ਵੀ ਉਹਨੂੰ ਦੇ ਕੇ ਤੋਰੋ, ਘਰ ਤੋਰੋ ਉਹਨੂੰ, ਤੇ ਕਿੱਦਾਂ ਤੋਰਾਂਗੇ ਫਿਰ? ਜੇ ਕੁਝ ਲੈਣਗੇ ਤੇ ਫੇਰ ਹੀ ਦਵਾਂਗੇ। ਮੈਂ ਇਕੱਲੀ ਸੋਚੀ ਜਾਵਾਂ ਵੀ ਮੈਂ ਇਹਨੂੰ ਘਰ ਭੇਜਣਾ ਵਾ, ਇਹ ਦੋਵੇਂ ਭਰਾ ਭੇਜਣਗੇ ਨਾ ਉਹ ਫੇਰ ਜਾਊਗੀ, ਖਾਸ ਕਰਕੇ ਵੱਡੇ ਨੇ। ਮੇਰੀ ਗੱਲ ਸੁਣ, ਮੈਂ ਤਾਂ ਕੱਲ ਪਰਸੋਂ ਤੇਰੇ ਕੋਲ ਦੋ ਤਿੰਨ ਵਾਰੀ ਮਾਫੀ ਮੰਗ ਚੁੱਕੀ ਆ, ਪਰ ਨਵੀਂ ਗੱਲ ਤੂੰ ਫੇਰ ਸ਼ੁਰੂ ਕਰਤੀ ਆ, ਮੈਂ ਕੀ ਕਰਾਂ? ਹੁਣ ਉਹ ਵੇਖ ਕਹਿੰਦਾ ਮੈਂ ਨਹੀਂ ਦੇਣਾ ਤੇ ਤੂੰ ਵੀ ਕਹਿੰਦੀ ਮੈਂ ਨਹੀਂ ਦੇਣਾ, ਤੁਸੀਂ ਜੇ ਤੋਰਨੀ ਤੋਰ ਦੋ, ਨਹੀਂ ਤੋਰ। ਮੈਂ ਤਾਂ ਕਹਿੰਦਾ ਦੇ ਦੂੰਗਾ ਪਰ ਬਰਾਬਰ ਦੋ। ਮੈਂ ਆਪਣੀ ਧੀ ਨੂੰ ਇਸ ਘਰ ਨਹੀਂ ਰੱਖਣਾ, ਉਹਦੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋਣ ਡਈ ਆ ਸਕੂਲ ਪੜ੍ਹਨਾ, ਤੁਸੀਂ ਦੋਵੇਂ ਜਣੇ ਰਲ ਮਿਲ ਕੇ ਮੇਰੀ ਧੀ ਨੂੰ ਪੇਕੇ ਉਹ ਤੇ ਸਹੁਰੇ ਭੇਜੋ ਤੁਸੀਂ। ਮੰਮੀ ਜੀ ਤੁਸੀਂ ਮੇਰੇ ਕੋਲੋਂ ਮਾਫੀ ਮੰਗ ਲਈ ਆ, ਮੇਰੇ ਨਾਲ ਪਿਆਰ ਨਾਲ ਬੋਲਣ ਲੱਗ ਪਏ ਹੋ, ਇਹਦਾ ਮਤਲਬ ਇਹ ਆ ਕਿ ਮੈਂ ਜ਼ਮੀਨ ਲੈ ਕੇ ਆਵਾਂ ਪੇਕਿਆਂ ਤੋਂ? ਸ਼ਮੀ ਭਾਜੀ ਦਾ ਕਹਿਣ ਦਾ ਮਤਲਬ ਕੀ ਆ? ਮੈਂ ਤੇਰੇ ਕੋਲ ਕੁਝ ਨਹੀਂ ਮੰਗਿਆ, ਨਾ ਹੀ ਮੈਨੂੰ ਚਾਹੀਦਾ। ਤੇ ਉਹ ਕੀ ਕਹਿੰਦੇ ਤੁਹਾਡੇ ਸਾਹਮਣੇ? ਮੈਨੂੰ ਨਹੀਂ ਪਤਾ, ਤੁਸੀਂ ਰੋਕਿਆ, ਤੁਸੀਂ ਜਿਸ ਤਰ੍ਹਾਂ ਮਰਜ਼ੀ ਕਰੋ ਨਾ ਕਰੋ, ਮੈਂ ਆਪਣੀ ਧੀ ਨੂੰ ਹੁਣ ਆਪਣੇ ਘਰ 'ਚ ਨਹੀਂ ਰਹਿਣ ਦੇਣਾ, ਉਹਦਾ ਹਿੱਸਾ ਦੇ ਕੇ ਉਹਨੂੰ ਉੱਥੇ ਭੇਜੋ। ਹਾਂ ਤੇ ਘਰ 'ਚੋਂ ਦੋ ਨਾ ਫਿਰ ਜੋ ਬੰਦਾ ਵਾ, ਜੋ ਇਹਨਾਂ ਕੋਲ ਦੋਵਾਂ ਰਾਜੂ ਤੇ ਘਰ 'ਚੋਂ ਤੇ ਸਾਰਾ ਮੇਰੇ ਸਹੁਰਿਆਂ ਦਾ ਹੀ ਆ, ਮੈਂ ਆਪਣੇ ਸਹੁਰਿਆਂ ਦਾ ਕਿੱਦਾਂ ਦੇਦਾ? ਤੂੰ ਬਾਰ ਬਾਰ ਇੱਕੋ ਗੱਲ ਕਿਉਂ ਕਰੀ ਜਾਂਦੀ ਆ? ਆਪਣੇ ਮੁੰਡੇ ਨੂੰ ਫੋਨ, ਉਹ ਕੀ ਆਂਦਾ ਵਾ, ਲੈ ਲਓ ਉਹਦੀ ਵੀ ਰਾਏ, ਮੈਂ ਕਿਹਾ ਵਿੱਚ ਵਿਚੋਲਣ ਨਹੀਂ ਹੈਗੀ ਤੁਹਾਡੇ, ਮੈਨੂੰ ਅੱਜ ਤੱਕ ਦਿੱਤਾ ਕੀ ਜੇ ਜਿਹੜਾ ਮੇਰੇ ਕੋਲ ਮੰਗਦਾ? ਉਹਦੀ ਰਾਏ ਨਾ ਤੂੰ ਲੈ, ਉਹਨੂੰ ਕਹਿ ਵੀ ਆਹ ਘਰ 'ਚ ਗੱਲ ਚੱਲਣ ਦੀ ਆ ਤੇ ਦੱਸੋ ਕਿੱਦਾਂ ਕਰਨਾ ਵਾ, ਅਸੀਂ ਨਹੀਂ ਰਾਏ ਰੋਈ ਲੈਣੀ ਕੋਈ ਵੀ। ਕਿੱਦਾਂ ਫੂ ਫੂ ਕਰਦੀ ਰਹਿੰਦੀ ਹਰ ਗੱਲ 'ਤੇ।
ਹੁਣ ਕੀ ਕਰਾਂ ਮਨ ਦਾ? ਮੈਨੂੰ ਨਹੀਂ ਜੇ ਪਤਾ, ਜੇ ਉਹਨਾਂ ਨੇ ਨਹੀਂ ਦੇਣਾ ਤਾਂ ਮੈਂ ਵੀ ਨਹੀਂ ਜੇ ਦੇਣਾ, ਮੇਰੀ ਗੱਲ ਸੁਣ ਲਓ ਸਾਖ, ਜੇ ਉਹ ਲਿਆ ਕੇ ਦੇਣਗੇ ਕੁਛ ਤਾਂ ਮੈਂ ਵੀ ਦੇ ਦੂੰਗਾ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਮੇਰੇ ਵੀ ਤਾਂ ਉੱਧਰ ਸਹੁਰਿਆਂ ਵੱਲੋਂ ਆਇਆ ਵਾ। ਮੰਮੀ ਉਹ ਕਰੋ ਅਮਨ ਨੂੰ ਫੋਨ, ਉਹਨੂੰ ਪੁੱਛ ਲਓ ਕੀ ਕਹਿੰਦਾ। ਵੀ ਉਹ ਤਾਂ ਦੱਸ ਵਿੱਚ ਬਿਮਾਰੀ ਪੈਣ ਦਾ ਬੰਦ ਆਂਡਿਆ ਏ, ਕਰਕੇ ਤੇ ਵੇਖੋ ਇੱਕ ਵਾਰੀ ਕੀ ਪਤਾ ਚੁੱਕੀ ਲਵੇ। ਮੇਰੀਆਂ ਮਾਫੀਆਂ ਮੰਗਣ ਦਾ ਕੀ ਫਾਇਦਾ ਹੋਇਆ ਜੇ ਫਿਰ ਮੈਨੂੰ ਐਸ ਐਚ ਮਿਲ। ਚੱਲ ਕਰੋ ਕਰੋ ਫੋਨ, ਕਰੋ ਫੋਨ, ਤੁਸੀਂ ਤਾਂ ਆਪਣੀ ਚਾਲਦੇ ਰਹੇ ਜੇ ਨਾ ਫਿਰ। ਸਪੀਕਰ ਔਨ ਕਰ ਦੋ, ਮੈਂ ਵੀ ਸੁਣ ਲੈਂਦਾ ਕੀ। ਚੁੱਕ ਲਿਆ, ਚੁੱਕ ਲਿਆ ਸਪੀਕਰ ਔਨ ਕਰ, ਚੁੱਕ ਲਿਆ ਫੋਨ, ਗੱਲ ਕਰ ਗੱਲ ਕਰ। ਹੈਲੋ, ਅਮਨ ਕੀ ਹਾਲ ਆ? ਸਤਿ ਸ਼੍ਰੀ ਅਕਾਲ ਵੀ ਪੁੱਤਰ, ਕਿੱਥੇ ਸੀ ਤੂੰ ਇੰਨੇ ਦਿਨ ਤੋਂ? ਤੇਰਾ ਸਵਿਚ ਆਫ ਆਣ ਡਿਆ ਸੀ। ਤੈਨੂੰ ਉਹ ਬਲਾ ਮੇਰੇ ਸਿਰ ਤੇ ਸੁੱਟ ਗਿਆ, ਇੰਨੇ ਮਿਹਣੇ ਦਿੰਦੀ ਕੋਈ ਹਿਸਾਬ ਨੀ। ਆ ਤਾਂ ਹੁਣ ਮੈਂ ਮਾਫੀ ਮੂਫੀ ਮੰਗੀ ਆ, ਘਰ ਥੋੜਾ ਸੈੱਟ ਹੋਇਆ ਈ। ਅੱਛਾ ਮੇਰੀ ਗੱਲ ਸੁਣ, ਆ ਰਾਜੂ ਦੀ ਗੱਲ ਸੁਣ। ਅੱਜ ਤੈਨੂੰ ਪਤਾ ਨਾ ਗੁਰਪ੍ਰੀਤ ਨੂੰ ਆਪਾਂ ਹਿੱਸਾ ਦੇਣਾ ਹੈਗਾ ਈ, ਠੀਕ ਆ? ਤੇ ਹੁਣ ਰਾਜੂ ਇਸ ਗੱਲ ਤੇ ਅੜ ਗਿਆ, ਜਿਹੜੀ ਮੇਰੀ ਸਹੁਰਿਆਂ ਦੀ ਜਾਇਦਾਦ ਉਹਦੇ ਵਿੱਚੋਂ ਮੈਂ ਇੱਕ ਪੰਜਾ ਨਹੀਂ ਉਹ ਦੇਣਾ। ਮੇਰੀ ਮੇਰੀ ਗੱਲ ਸੁਣ ਅਮਨ, ਇਹ ਤੈਨੂੰ ਹੀ ਹੱਲ ਕਰਨਾ ਪੈਣਾ ਵਾ। ਉੱਧਰੋਂ ਸ਼ੰਮੀ ਨੂੰ ਕਹਿ ਕੇ ਤੇ ਆਪਣੀ ਜਾਇਦਾਦ 'ਚੋਂ ਹਿੱਸਾ ਲੈ, ਅਤੇ ਫਿਰ ਆਪਾਂ ਦੋਵੇਂ ਭਰਾ ਨਾ ਬਰਾਬਰ ਹਿੱਸਾ ਦੇ ਕੇ ਅਤੇ ਆਪਣੀ ਭੈਣ ਨੂੰ ਆਪਣੇ ਘਰ ਭੇਜੀਏ। ਇਹ ਤਾਂ ਚੰਗਾ, ਤੂੰ ਤਾਂ ਗੱਲ ਕਰਕੇ ਮੁੱਕਰਨ ਡਿਆ, ਤੂੰ ਨਿਕਲਣ ਡਿਆ ਸਾਨੂੰ ਇਹ ਤੇ ਫਸਾ ਕੇ। ਆਹ ਥੋੜ੍ਹਾ ਗੱਲ ਨਹੀਂ ਦਿੰਦੀ ਤੇ ਫਿਰ ਇਹਦਾ ਮਤਲਬ ਜਿਹੜਾ ਮੈਨੂੰ ਮਿਲਿਆ ਮੈਂ ਸਾਰਾ ਕੁਝ ਆਪਣਾ ਦੇ ਦਵਾਂ ਉੱਥੇ ਯਾਰ। ਨਹੀਂ ਤੇਰੀ ਮੇਰੀ ਗੱਲ ਸੁਣ, ਤੂੰ ਤਾਂ ਸਾਫ਼ ਕਹਿਤਾ, ਸੌਖਾ ਜਿਹਾ ਕਹਿਤਾ ਕਿ ਮੈਨੂੰ ਕੋਈ ਲੈਣਾ ਦੇਣਾ ਨਹੀਂ, ਮੈਂ ਇੱਥੇ ਹੁਣ ਬਹਿ ਗਿਆ, ਮੈਂ ਆਪਣਾ ਨਵਾਂ ਵਿਆਹ ਕਰਵਾ ਲੈਣਾ। ਇਹਦਾ ਮਤਲਬ ਕਿ ਤੂੰ ਆ ਬਲਾ ਸਾਡੇ ਸਿਰ ਤੇ ਸੁੱਟ ਗਿਆ। ਹੋਰ ਕੀ ਕਰਨਾ ਜੀ ਦੱਸੋ। ਲੈ ਉਹਨੇ ਫੋਨ ਬੰਦ ਕਰਤਾ ਹੀ, ਹੁਣ ਉਹਨੇ ਤਾਂ ਗੱਲ ਹੀ ਮੁਕਾਤੀ ਆ ਕਿ ਇਹਨੂੰ ਜੋ ਮਰਜ਼ੀ ਕਰੋ, ਮੈਂ ਕੁਝ ਨਹੀਂ ਕਰ ਸਕਦਾ। ਦੱਸੋ ਹੁਣ ਇਹਦਾ ਮਤਲਬ ਵੀ ਮੈਂ ਆਪਣਾ ਸਭ ਕੁਝ ਦੇਈ ਜਾਵਾਂ ਤੇ ਮੈਂ ਕਲੇਸ਼ ਪਾਣਾ ਘਰ ਮੇਰੇ? ਪਰ ਉਹਨੇ ਤਾਂ ਗੱਲ ਹੀ ਮੁਕਾਤੀ ਆ, ਉਹ ਕਹਿੰਦਾ ਮੈਂ ਕੁਝ ਨਹੀਂ ਕਰਦਾ, ਇਹਨੂੰ ਇੱਥੋਂ ਘਰੋਂ ਕੱਢੋ, ਜਿਤਨਾ ਮਰਜ਼ੀ ਕੱਢੋ, ਮੈਂ ਉੱਥੇ ਲੱਗਾ ਜੇ ਵਿਆਹ ਕਰਵਾਉਣ। ਮੰਮੀ ਮੇਰੀ ਗੱਲ ਸੁਣ ਲਓ, ਮੈਂ ਵੀ ਹਿੱਸਾ ਸਾਨੂੰ ਨਹੀਂ ਦੇਣਾ ਕੋਈ ਵੀ, ਇਹ ਤੁਹਾਡਾ ਮਸਲਾ, ਜਿੱਦਾਂ ਮਰਜ਼ੀ ਹੱਲ ਕਰੋ, ਮੇਰੇ ਵੱਲ ਨਾ ਆਇਓ ਤੁਸੀਂ ਹੁਣ। ਦੱਸ ਇਹ ਕਹਿੰਦਾ ਮੈਂ ਨਹੀਂ ਹਿੱਸਾ ਦੇਣਾ, ਉਹਨੇ ਤਾਂ ਕਹਾਣੀ ਖਤਮ ਕਰਤੀ ਨਾ ਅੱਜ ਆਪਣੀ। ਉਹਨੇ ਤਾਂ ਸਾਫ਼ ਹੀ ਕਹਿਤਾ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਸ਼ੰਮੀ ਨਾਲ, ਤੇ ਮੈਂ ਲੱਗਾ ਆਪਣਾ ਉੱਥੇ ਵਿਆਹ ਕਰਵਾਉਣ। ਅਮਨ ਜਨਾਨੀ ਨੇ ਤਾਂ ਧੋਖਾ ਕੀਤਾ ਹੀ ਕੀਤਾ, ਨਾਲ ਤੂੰ ਮਾਂ ਨਾਲ ਵੀ ਧੋਖਾ ਕਰ ਗਿਆ। ਦੀਪਾ ਕੀ ਸਾਰਾ ਦਿਨ ਗੇਮਾਂ ਹੀ ਵੇਖਦਾ ਰਹਿੰਦਾ ਟੀਵੀ ਵਿੱਚ, ਕੁਛ ਪੜ੍ਹ ਲਿਖ ਲਿਆ ਵੀ ਕਰ। ਮੈਂ ਤੇ ਕੀ ਕਰਾਂ, ਮੇਰਾ ਜੀ ਨਹੀਂ ਲੱਗਦਾ, ਆਪਾਂ ਆਪਣੇ ਘਰ ਕਦੋਂ ਜਾਵਾਂਗੇ? ਚੱਲ ਜਾਂਗੇ ਪੁੱਤਰ, ਜਲਦੀ ਚੱਲ ਜਾਂਗੇ।
ਕਿਉਂ ਤੇਰਾ ਜੀ ਕਿਉਂ ਨਹੀਂ ਲੱਗਦਾ? ਇੱਥੇ ਨਾਨੀ ਹੈ, ਮਾਮੀ ਹੈ ਤੇਰੀ, ਇੰਨੀਆਂ ਚੰਗੀਆਂ। ਪਰ ਆਪਣਾ ਘਰ ਤੇ ਆਪਣਾ ਹੀ ਹੁੰਦਾ ਨਾ। ਹਾਂ ਪੁੱਤਰ, ਇਹ ਵੀ ਆਪਣਾ ਘਰ ਹੀ ਹੈ। ਨਾਲੇ ਕੱਲ ਪਾਪਾ ਸਾਨੂੰ ਲੈ ਕੇ ਕਿਉਂ ਨਹੀਂ ਗਏ? ਪਾਪਾ ਨਾ ਹੁਣ ਕਹਿੰਦੇ ਤੁਹਾਨੂੰ ਜਲਦੀ ਲੈ ਜਾਂਗੇ, ਹੁਣ ਆਪਾਂ ਜਲਦੀ ਚੱਲ ਜਾਣਾ, ਥੋੜ੍ਹੇ ਦਿਨਾਂ ਤੱਕ ਹੀ ਚੱਲ ਜਾਣਾ। ਠੀਕ ਠੀਕ ਹੈ, ਤੂੰ ਥੋੜ੍ਹਾ ਪੜ੍ਹ ਲਿਖ ਲਿਆ ਕਰ, ਇਹੋ ਦਿਨ ਨਾ ਪੜ੍ਹਨ ਦੇ, ਤੂੰ ਸਾਰਾ ਦਿਨ ਗੇਮਾਂ ਖੇਡਦਾ ਰਹਿੰਦਾ ਵੇ। ਠੀਕ ਹੈ, ਉਦਾਸ ਨਾ ਹੋਇਆ ਕਰ, ਐਵੇਂ ਦਿਲ ਨਾ ਉਹ ਛੋਟਾ ਕਰਿਆ ਕਰ। ਹੱਸੇ ਬੜੀ ਆਉਂਦੀ ਪਾਪਾ ਦੀ, ਯਾਦ ਆਉਂਦੀ ਹੈ, ਕੋਈ ਨਹੀਂ, ਯਾਦ ਤਾਂ ਮੈਨੂੰ ਵੀ ਆਉਂਦੀ ਹੈ, ਪਰ ਕੋਈ ਨਹੀਂ, ਆਪਾਂ ਜਲਦੀ ਚੱਲ ਜਾਣਾ। ਠੀਕ ਹੈ, ਠੀਕ ਹੈ। ਹੋਰ ਕੁਛ ਖਾਣਾ, ਲਿਆਵਾਂ ਕੁਛ? ਨਹੀਂ ਨਹੀਂ। ਲੈ ਨਾਨੀ ਮਾਂ ਆਈ ਗਈ, ਇਹ ਮੇਰਾ ਪੁੱਤ ਤਾਂ ਬੜਾ ਬੀਬਾ, ਬੜਾ ਸਿਆਣਾ ਹੈਗਾ। ਪੁੱਤਰ ਕੀ ਗੱਲ ਹੈ? ਮੇਰਾ ਜੀ ਨਹੀਂ ਇੱਥੇ ਲੱਗਦਾ, ਪਾਪਾ ਦੀ ਯਾਦ ਆਉਂਦੀ। ਪੁੱਤਰ ਮੈਨੂੰ ਪਤਾ ਤੈਨੂੰ ਪਾਪਾ ਦੀ ਯਾਦ ਆਉਣ ਡਈ, ਕੱਲ ਪਾਪਾ ਆਏ ਸੀ ਨਾ, ਮੈਂ ਕਿਹਾ ਮੈਨੂੰ ਨਾਲ ਲੈ ਕੇ ਜਾਣਗੇ ਸਾਨੂੰ, ਪਰ ਲੈ ਕੇ ਨਹੀਂ ਗਏ। ਕੋਈ ਨਹੀਂ ਪੁੱਤਰ, ਫਿਕਰ ਨਾ ਕਰ, ਤੂੰ ਬੜੀ ਜਲਦੀ ਆਪਣੇ ਪਾਪਾ ਕੋਲ ਹੋਏਗਾ, ਤੈਨੂੰ ਮੈਂ ਪਾਪਾ ਕੋਲ ਭੇਜ ਦਾਂਗੀ। ਮੇਰੀ ਗੱਲ ਸੁਣ, ਕੱਲ ਤੈਨੂੰ ਮੈਂ ਫੁੱਟਬਾਲ ਲਿਆ ਕੇ ਦਿੱਤਾ ਸੀ, ਉਹਦੇ ਨਾਲ ਖੇਡਿਆ ਕਿ ਨਹੀਂ ਖੇਡਿਆ? ਮੇਰਾ ਉੱਥੇ ਜੀ ਨਹੀਂ ਲੱਗਦਾ ਨਾ ਖੇਡਣ ਨੂੰ, ਜੀ ਕਰਦਾ ਨਾ ਕੁਛ ਖਾਣ ਨੂੰ। ਕੋਈ ਫਿਕਰ ਨਾ ਕਰ, ਮੈਂ ਤੈਨੂੰ ਬੜੀ ਜਲਦੀ ਪਾਪਾ ਕੋਲ ਭੇਜ ਦੇਣਾ। ਠੀਕ ਹੈ, ਅੱਛਾ ਜਾ ਵੇਖ ਕੇ ਆ, ਮਾਮੀਆਂ ਨੇ ਨਾ ਤੇਰੇ ਵਾਸਤੇ ਬੜੀ ਸੋਹਣੀ ਚੀਜ਼ੀ ਬਣਾਈ ਹੈ, ਜਾ ਖਾ ਲਾ ਜਾ ਕੇ। ਠੀਕ ਹੈ, ਚੱਲ ਜਾ ਕੁਛ ਖਾ ਤੇ ਖੁਸ਼ ਰਿਹਾ ਕਰ। ਖੁਸ਼ ਕਿਉਂ ਨਹੀਂ ਰਹਿੰਦਾ? ਯਾਦ ਆਉਂਦੀ ਹੈ ਪਾਪਾ ਨੂੰ। ਯਾਦ ਕੋਈ ਨਹੀਂ, ਜ਼ਿਆਦਾ ਯਾਦ ਕੋਈ ਨਹੀਂ ਨਾ, ਹੈ ਨਾ? ਕੋਈ ਨਹੀਂ, ਚੱਲ ਜਾ ਉੱਧਰ। ਗੁਰਪ੍ਰੀਤ, ਮੇਰੇ ਕੋਲ ਮੁੰਡੇ ਦੀ ਹਾਲਤ ਨਹੀਂ ਵੇਖੀ ਜਾਣ ਡਈ, ਜਦੋਂ ਦਾ ਆਇਆ ਕਿੰਨਾ ਕਮਜ਼ੋਰ ਹੋ ਗਿਆ। ਮੰਮੀ ਕੁਛ ਖਾਂਦਾ ਪੀਂਦਾ ਹੀ ਨਹੀਂ ਪਿਆ, ਹਰ ਗੱਲ ਮੇਰੇ ਪਾਪਾ ਕੋਲ ਜਾਣਾ, ਪਾਪਾ ਕੋਲ ਜਾਣਾ, ਅਤੇ ਮੈਂ ਕਿਵੇਂ ਲੈ ਕੇ ਜਾਵਾਂ? ਉਦਾਸ ਹੋਇਆ ਆ, ਉਹਦਾ ਜੀ ਨਹੀਂ ਲੱਗਦਾ ਪਿਆ। ਸਮਝਦੀ ਹਾਂ ਮੈਂ ਗੁਰਪ੍ਰੀਤ ਸਾਰਾ ਕੁਝ, ਅੱਜ ਜੋ ਕੁਝ ਵੀ ਹੋਣ ਡਿਆ ਨਾ ਉਹਦੀ ਵਜ੍ਹਾ ਮੈਂ ਹੈਗੀ ਹਾਂ, ਇਹ ਸਾਰਾ ਮੇਰੇ ਕਰਕੇ ਹੋਣ ਡਿਆ। ਨਾ ਮੈਂ ਸ਼ਮੀ ਹੋਣਾ ਨਾ ਇਸ ਤਰ੍ਹਾਂ ਕਰਦੀ, ਤੇ ਨਾ ਸੋਨੂੰ ਤੇਰੇ ਕੋਲ ਜਾਇਦਾਦ ਉਹ ਹਿੱਸਾ ਮੰਗਦਾ। ਤੇਰਾ ਘਰ ਤਾਂ ਮੈਂ ਹੀ ਨਹੀਂ ਵਸਣ ਦਿੱਤਾ ਨਾ, ਉਹੋ ਹੀ ਸੋਨੂੰ ਆ ਨਾ ਜਿਹੜਾ ਆਪਣੇ ਪਰਿਵਾਰ ਨੂੰ ਲੈ ਕੇ ਹਰ ਜਗ੍ਹਾ ਤੇ ਚੱਲਦਾ ਸੀ, ਕਿੰਨਾ ਪਿਆਰ ਕਰਦਾ ਸੀ ਆਪਣੇ ਪਰਿਵਾਰ ਨੂੰ। ਉਹੀ ਤੇ ਨਾ ਹੁਣ ਇੱਕਦਮ ਕਿਵੇਂ ਚੇਂਜ ਹੋ ਗਿਆ, ਹੁਣ ਇੱਕਦਮ ਪੈਸਾ ਪੈਸਾ ਹੀ ਉਹਨਾਂ ਵਾਸਤੇ ਸਭ ਕੁਛ ਹੋ ਗਿਆ ਵੇ। ਪਰ ਗੁਰਪ੍ਰੀਤ ਮੈਂ ਕੀ ਕਰਾਂ, ਮੈਂ ਸੋਨੂੰ ਨੂੰ ਤਾਂ ਕਹਿ ਦਿੱਤਾ ਸੀ ਕਿ ਸੋਨੂੰ ਉਹਦੀ ਬਾਹਰ ਵਾਲੀ ਜਗ੍ਹਾ ਦੁਕਾਨਾਂ ਵਾਲੀ ਤੈਨੂੰ ਮੈਂ ਦੇ ਦਿੰਦੀ, ਮੈਂ ਉਹਨੂੰ ਵਾਅਦਾ ਵੀ ਕਰਤਾ ਸੀ ਕਿ ਜਗ੍ਹਾ ਤੈਨੂੰ ਦੇ ਦੇਵਾਂਗੀ। ਪਰ ਹੁਣ ਸ਼ਾਇਦ ਤੂੰ ਸੁਣਿਆ ਹੋਵੇ, ਰਾਜੂ ਨੇ ਮੈਂ ਸਲਾਹ ਕੀਤੀ, ਰਾਜੂ ਨੇ ਨਾ ਕਰਦੀ ਆ ਕਿ ਮੈਂ ਸਾਰੀ ਜਾਇਦਾਦ ਮੇਰੇ ਸਹੁਰਿਆਂ ਦੀ ਆ, ਤੁਹਾਡਾ ਇੱਥੇ ਇੱਕ ਪੰਜਾ ਨਹੀਂ ਲੱਗਾ, ਉਹਨੇ ਨਾ ਕਰਤੀ। ਕੋਰੀ ਨਾ ਕਰਤੀ? ਆਵਾਜ਼ ਤੇ ਆਉਂਦੀ ਵੀ ਸੀ ਮੈਨੂੰ, ਮੈਂ ਕਿਹਾ ਤੁਸੀਂ ਸਲਾਹ ਕਰਦੇ ਹੋ ਗਿਆ ਆਪਸ ਚ। ਉਹ ਕਹਿੰਦਾ ਮੈਂ ਤੁਹਾਨੂੰ ਸੂਈ ਤੱਕ ਨਹੀਂ ਦੇਣੀ, ਤੁਹਾਨੂੰ ਮੈਂ ਦੱਸਾਂ ਕਿਉਂ? ਜੇ ਅਮਨ ਹਿੱਸਾ ਪਾਊਗਾ ਤੇ ਫੇਰ ਮੈਂ ਦੇਣੀ ਆ, ਨਹੀਂ ਤਾਂ ਮੈਂ ਨਹੀਂ ਦੇਣੀ। ਭਾਈ ਜੀ ਕੀ ਕਹਿੰਦੇ? ਨੀ ਅਮਨ ਦਾ, ਮੈਂ ਅਮਨ ਨੂੰ ਕੀ ਕਵਾਂ, ਅਮਨ ਨੂੰ ਮੈਂ ਕੀ ਕਵਾਂ। ਅਮਨ ਨੂੰ ਫੋਨ ਕੀਤਾ, ਪਹਿਲਾਂ ਤਾਂ ਫੋਨ ਚੁੱਕਿਆ ਨੀ ਉਹਨੇ, ਜੇ ਚੁੱਕਿਆ ਚੁੱਕਿਆ ਉਹਨੇ ਸਾਫ ਹੀ ਕਹਿ ਦਿੱਤਾ ਕਿ ਮੇਰਾ ਤੁਹਾਡੇ ਨਾਲ ਕੋਈ ਵਾਸਤਾ ਨਹੀਂ, ਮੈਂ ਤਾਂ ਇੱਥੇ ਕੁੜੀ ਹੋਰ ਲੱਭਣ ਡਿਆ, ਮੈਂ ਲੱਗਾ ਉਹਦੇ ਨਾਲ ਵਿਆਹ ਕਰਨ। ਉਹਨੂੰ ਤਾਂ ਸ਼ਰਮ ਹੀ ਨਹੀਂ ਆਉਂਦੀ ਨਾ ਉਹਨੂੰ ਤੇ। ਫਿਰ ਹੁਣ ਨਾ ਰਾਜੂ ਭਾਈ ਜੀ ਦੇਣਗੇ ਤੇ ਨਾ ਅਮਨ ਭਾਈ ਹਿੱਸਾ ਦੇਣਗੇ, ਹੈ ਨਾ?
ਸ਼ੁਰੂ ਤੋਂ ਬੱਚਿਆਂ ਦਿਮਾਗ ਚ ਇਹੋ ਗੱਲ ਪਾਈ ਆ ਕਿ ਠੱਗੀ ਕਰੋ, ਇਧਰੋਂ ਪੈਸਾ ਲਓ, ਇਧਰੋਂ ਦੇ ਦੋ, ਇਧਰੋਂ ਪੈਸਾ ਲੈ ਕੇ ਇਧਰੋਂ ਦੇ ਦੋ। ਇਹ ਅੱਜ ਮੇਰੇ ਤੇ ਹੀ ਪੈਣ ਡਈ ਆ। ਜੇ ਤੈਨੂੰ ਕੋਈ ਦੁੱਖ ਆ ਨਾ, ਉਹਦੀ ਵਜ੍ਹਾ ਮੈਂ ਹੈਗੀ ਆ। ਕਹਿੰਦੇ ਨਾ ਜੇ ਕਿਸੇ ਦੀ ਧੀ ਨੂੰ ਤਾਓ ਤੇ ਆਪਣੀ ਧੀ ਦੇ ਅੱਗੇ ਆਉਂਦੀਆਂ, ਉਸੇ ਤਰ੍ਹਾਂ ਤੇਰੇ ਅੱਗੇ ਇਹ ਚੀਜ਼ਾਂ ਆਉਣ ਡਈਆਂ। ਪਰ ਮੈਂ ਮੰਮੀ ਹੁਣ ਆਪਣੇ ਘਰ ਤੇ ਜਾਣਾ ਵੇ ਨਾ, ਉਹ ਵੀ ਬੱਚਾ ਵੀ ਕਿੰਨਾ ਨੱਕੋ ਨੱਕ ਭਰਿਆ ਆ ਵੇ। ਪਰ ਤੂੰ ਦੱਸ ਨਾ ਮੈਂ ਕੀ ਕਰਾਂ ਹੁਣ? ਤੇ ਉਹਨਾਂ ਨੂੰ ਨੀ ਪਤਾ ਕਿ ਆਪਣੀ ਭੈਣ ਨੂੰ ਹਿੱਸਾ ਦੇਣਾ, ਇਕੱਠੇ ਜੰਮੇ ਵਾਲੇ, ਹੁਣ ਉਹਨਾਂ ਵਾਸਤੇ ਪੈਸਾ ਹੀ ਸਭ ਕੁਛ ਹੋ ਗਿਆ ਵੇ। ਪੈਸੇ ਦੀ ਗੱਲ ਛੱਡ, ਉਹਨਾਂ ਦਾ ਕੋਈ ਨੀ ਹੈ ਕਿ ਸਾਡੀ ਘਰ ਭੈਣ ਬੈਠੀ ਵੇ, ਉਹਦਾ ਪਰਿਵਾਰ ਕਿਵੇਂ ਬਿਖਰ ਗਿਆ, ਉਹਨਾਂ ਨੂੰ ਕੋਈ ਟੈਨਸ਼ਨ ਨੀ ਹੈ ਹਨਾ। ਕੋਈ ਨੀ, ਕੋਈ ਨੀ ਟੈਨਸ਼ਨ ਉਹਦੇ ਤੇਰੇ ਭਰਾ ਨੂੰ, ਉਹਨੂੰ ਕੋਈ ਮਤਲਬ ਹੀ ਨਹੀਂ। ਉਹਨੇ ਸਾਫ਼ ਕਹਿਤਾ ਤੁਸੀਂ ਜਾਣੋ, ਸ਼ੰਮੀ ਜਾਣੇ, ਜੋ ਕਰਨਾ ਸ਼ੰਮੀ ਦਾ ਕਰੋ, ਮੇਰਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ, ਤੇ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰਨਾ। ਅੱਛਾ, ਐਵੇਂ ਲੈਣਾ ਦੇਣਾ ਨਹੀਂ ਹੈ, ਉਹ ਰਿਸ਼ਤੇ ਤੋੜਦੇ ਗਏ, ਐਵੇਂ ਟੁੱਟਦੇ ਰਿਸ਼ਤੇ। ਰਿਸ਼ਤੇ ਤਾਂ ਟੁੱਟ ਹੀ ਗਏ, ਰਿਸ਼ਤੇ ਬਚੇ ਨਹੀਂ ਹੈਗੇ, ਰਿਸ਼ਤੇ ਟੁੱਟ ਗਏ ਤੇ ਰਿਸ਼ਤੇ ਖਤਮ ਹੋ ਗਏ ਆ। ਮੇਰੀ ਗੱਲ ਸੁਣ ਗੁਰਪ੍ਰੀਤ, ਮੈਂ ਨਹੀਂ ਚਾਹੁੰਦੀ ਕਿ ਤੇਰਾ ਘਰ ਬਰਬਾਦ ਹੋ ਜਾਵੇ। ਮੈਂ ਚਾਹੁੰਦੀ ਕਿਸੇ ਤਰੀਕੇ ਵੀ ਤੂੰ ਆਪਣੇ ਘਰ ਚਲ ਜਾਵੇਂ। ਪਰ ਸੋਨੂੰ ਵੀ ਇਸ ਤਰ੍ਹਾਂ ਦਾ ਢੀਠ ਹੋ ਗਿਆ ਇਸ ਟਾਈਮ ਕਿ ਉਹ ਕਹਿੰਦਾ ਜਦੋਂ ਤੂੰ ਹਿੱਸਾ ਲੈ ਕਹੇਂਗੀ ਮੈਂ ਤੈਨੂੰ ਉਦੋਂ ਹੀ ਘਰ ਰੱਖਣਾ, ਨਹੀਂ ਤਾਂ ਫਿਰ ਤਲਾਕ ਲੈ ਲਓ। ਪਰ ਮੈਂ ਨਹੀਂ ਚਾਹੁੰਦੀ ਗੁਰਪ੍ਰੀਤ ਤੇਰਾ ਤਲਾਕ ਸੋਨੂੰ ਨਾਲ ਹੋ ਜਾਵੇ, ਤੇਰੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਵੇ। ਕਿੰਨੀ ਕੁ ਦੇਰ ਨਾਨਕੇ ਤੇਰੇ ਭਰਾ ਜਿਹੜੇ ਮੇਰੇ ਸਾਹ ਨਾਲ ਸਾਹ ਲੈਂਦੇ ਸੀ, ਇਸ ਟਾਈਮ ਉਹ ਮੇਰੇ ਖਿਲਾਫ ਹੋਏ ਨੇ। ਉਹ ਹੀ ਤੇਰੇ ਭਰਾ ਆ, ਜੇ ਮੈਂ ਕਹਿੰਦੀ ਹੁੰਦੀ ਸੀ ਨਾ ਦੇਨੇ ਆ ਤੇ ਉਹ ਕਹਿੰਦੇ ਹੁੰਦੇ ਸੀ ਮੰਮੀ ਦੇਨੇ ਆ, ਜੇ ਮੈਂ ਕਹਿੰਦੀ ਹੁੰਦੀ ਸੀ ਰਾਤ ਆ ਉਹ ਕਹਿੰਦੇ ਸੀ ਰਾਤ ਆ, ਜਦੋਂ ਮੈਂ ਕਹਿਣਾ ਖਲੋ ਜਾਓ ਉਦੋਂ ਖਲੋ ਜਾਂਦੇ ਹੁੰਦੇ ਸੀ। ਪਰ ਅੱਜ ਉਹ ਮੈਨੂੰ ਕਹਿਣ ਡੇ ਨੇ ਕਿ ਮਾਂ ਤੂੰ ਗਲਤ ਆ, ਗਲਤ ਆ, ਗਲਤ ਆ। ਮੇਰੀ ਗੱਲ ਇਹਦੇ ਨਾਲੋਂ ਤਾਂ ਫਿਰ ਉਹ ਬਗਾਨੇ ਚੰਗੀ ਨਾ ਸ਼ੰਮੀ। ਹੋਰ ਕੀ, ਉਹੀ ਚੰਗੀ, ਉਹਨੂੰ ਫਿਰ ਹੈਗਾ ਕਿ ਹਿੱਸਾ ਦਵਾਂ ਮੈਂ, ਇਹਦਾ ਘਰ ਵਸਾਵਾਂ, ਆਪਣੇ ਭਰਾਵਾਂ ਸਕੇ ਭਰਾਵਾਂ ਨੂੰ ਨਹੀਂ ਹੈਗਾ ਕੁਛ ਵੀ। ਉਹਨੂੰ ਬਹੁਤ ਦੁੱਖ ਹੈ ਵਿਚਾਰੇ ਨੂੰ, ਹੁਣ ਮੈਨੂੰ ਹੀ ਕੁਝ ਕਰਨਾ ਪੈਣਾ, ਮਨਾ ਕੇ ਵੇਖਾਂਗੀ ਰਾਜ ਨੂੰ। ਕਰਨਾ ਹੀ ਪੈਣਾ ਤੁਹਾਨੂੰ, ਦੇ ਜੇ ਤਾਂ ਮੰਨ ਜਾਏਗਾ, ਦੇ ਜਾਏਗਾ ਕੁਛ ਹਿੱਸਾ ਤੇ ਤੈਨੂੰ ਮੈਂ ਦੇ ਦਾਂਗੀ, ਨਹੀਂ ਤਾਂ ਫਿਰ ਸ਼ੰਮੀ ਦੇ ਅੱਗੇ ਮੈਨੂੰ ਤਰਲਾ ਮਿਹਨਤ ਕਰਨੀ ਪੈਣੀ ਹੈ। ਇਸ ਤੋਂ ਇਲਾਵਾ ਤੈਨੂੰ ਵਸਾਉਣ ਦਾ ਮੇਰੇ ਕੋਲ ਹੋਰ ਕੋਈ ਢੰਗ ਨਹੀਂ, ਹੋਰ ਕੋਈ ਰਸਤਾ ਨਹੀਂ ਬਚਿਆ। ਤੇਰੇ ਭਰਾਵਾਂ ਨੇ ਤਾਂ ਰਸਤੇ ਬੰਦ ਕਰ ਦਿੱਤੇ ਸਾਰੇ। ਮੈਂ ਨਹੀਂ ਚਾਹੁੰਦੀ ਕਿ ਮੇਰੀ ਧੀ ਦੁਖੀ ਹੋਵੇ, ਉਹ ਬੱਚੇ ਦੁਖੀ ਹੋਣ। ਉਹ ਮੁੰਡੇ ਦੀ ਹਾਲਤ ਵੀ ਕੀ ਹੋ ਗਈ ਆ, ਮੁੰਡਾ ਤੇਰੇ ਕੋਲ ਤੇ ਕੁੜੀ ਪਿਓ ਕੋਲ। ਹੁੰਦਾ ਇੱਥੇ ਮੁੰਡਾ ਧਿਆਨ ਉਹਦਾ ਉੱਥੇ ਹੀ ਹੈ, ਸੋਂਦਾ ਵੀ ਪਾਪਾ ਕੋਲ, ਤੁਹਾਨੂੰ ਪਤਾ ਹੀ ਹੈ ਉਹਦਾ ਨਹੀਂ ਇੱਥੇ ਮਨ ਟਿਕਦਾ ਪਿਆ। ਮੈਂ ਕੀ ਕਰਾਂ, ਉਹਨੂੰ ਕੀ ਜਵਾਬ ਦੇਵਾਂ? ਪਰ ਹੁਣ ਮੈਂ ਸ਼ੰਮੀ ਕੋ ਕਿਹੜੇ ਹਿਸਾਬ ਨਾਲ ਪੈਸੇ ਮੰਗਾ? ਮੈਂ ਚੰਗੀ ਤਰ੍ਹਾਂ ਰਹਿਣ ਡਈ ਆ, ਫਿਰ ਬਸ ਇਹੋ ਕੁਛ ਹੀ ਹੋਣਾ। ਅਮਨ ਤਾਂ ਮਰ ਗਿਆ, ਜਾ ਕੇ ਉੱਥੇ ਬਹਿ ਗਿਆ, ਉਸ ਮੁੰਡੇ ਨੇ ਤਾਂ ਸਾਡਾ ਰਿਸ਼ਤਾ ਮੁਕਾ ਲਿਆ, ਫਸਾ ਗਿਆ ਮੈਨੂੰ ਇਕੱਲੀ ਇੱਥੇ ਜੱਬ ਵਿੱਚ।
ਇਹ ਕੋਈ ਭਰਾ ਵੇ, ਨਾ ਕੋਈ ਵੱਡਾ ਕੁਛ ਕਰਦਾ ਵੇ ਤੇ ਨਾ ਕੋਈ ਛੋਟਾ ਕਰਦਾ ਵੇ ਐਵੇਂ। ਮੇਰੇ ਬੱਚੇ ਰੁਲਦੇ ਵੇ, ਮੈਂ ਖੁਦ ਇੱਥੇ ਕਦੋਂ ਦੀ ਬੈਠੀ ਹੋਈ ਆ। ਕਰੋ ਤੁਸੀਂ ਕੁਛ, ਮੈਂ ਇੱਥੇ ਨੀ ਬਹਿਣਾ ਹੋਰ। ਮੈਂ ਕੀ ਕਰਾਂ, ਮੇਰੇ ਹੱਥ ਵਿੱਚ ਕੁਝ ਹੋਵੇ ਤਾਂ ਮੈਂ ਕਰ ਲਵਾਂ। ਤੁਹਾਡੇ ਕੋਲ ਨਹੀਂ ਹੱਥ ਵਸ, ਤੁਹਾਡੇ ਹੱਥ ਵਸ ਨਹੀਂ ਹੈ। ਕਰੋ, ਮੈਂ ਨੀ ਇੱਥੇ ਰਹਿ ਸਕਦੀ। ਉਹਨਾਂ ਵਾਸਤੇ ਰਿਸ਼ਤੇਦਾਰ ਤੇ ਕੁਛ ਵੀ ਨਹੀਂ ਹੈ, ਹਨਾ? ਭੁੱਲ ਗਏ ਛੋਟੇ ਹੁੰਦੇ ਕਿਵੇਂ ਉਹਨਾਂ ਨੂੰ ਇਕੱਠੇ ਖੇਡਦੇ ਰਹੇ, ਇਕੱਠੇ ਜੰਮੇ ਪਲੇ, ਉਹਨਾਂ ਨੂੰ ਹੈ ਹੀ ਨਹੀਂ ਕੁਛ। ਸਿਰਫ ਸਿਰਫ ਪੈਸਾ 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 ਹੀ ਉਹਨਾਂ ਵਾਸਤੇ ਰਹਿ ਗਿਆ। ਸਹੀ ਗੱਲ, ਉਹਨਾਂ ਨੂੰ ਭੈਣ ਨੀ ਚਾਹੀਦੀ, ਪੈਸਾ ਹੀ ਚਾਹੀਦਾ। ਸਹੀ ਗੱਲ ਤੇਰੀ, ਨਾ ਮਾਂ ਚਾਹੀਦੀ, ਮੈਨੂੰ ਲੱਗਦਾ ਹੁਣ ਤੁਸੀਂ ਵੀ ਨੀ ਚਾਹੀਦੇ ਉਹਨਾਂ ਨੂੰ। ਮੈਂ ਨੀ ਚਾਹੀਦੀ, ਇਹ ਤਾਂ ਗੱਲ ਤੇਰੀ ਸਹੀ ਆ ਕਿ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਰਿਹਾ ਹੀ ਨਹੀਂ, ਸਿਰਫ ਉਹਨਾਂ ਨੂੰ ਪੈਸੇ ਨਾਲ ਮਤਲਬ ਰਹਿ ਗਿਆ। ਉਹਨਾਂ ਨੂੰ ਤੇ ਇਹ ਵੀ ਬਾਹਰ ਵੇਖਦਾ ਵੀ ਕੋਈ ਹੋਰ, ਇਸੇ ਕਰਕੇ ਵੇਖਦਾ ਵੀ। ਉਹਨਾਂ ਨੂੰ ਤੇ ਇਹ ਵੀ ਨੀ ਮਤਲਬ ਕਿ ਸਾਡੀ ਭੈਣ ਘਰੇ ਬੈਠੀ, ਉਹਨੂੰ ਆਪਣੇ ਘਰ ਭੇਜ ਗਏ। ਸ਼ਰਮ ਹੀ ਲਾਈ ਹੋਈ ਉਹਨੇ ਤੇ, ਸ਼ਰਮ ਵੇਚ ਕੇ ਉਹ ਖਾ ਗਏ ਨੇ। ਜੇ ਫਿਕਰ ਹੁੰਦਾ ਦੋਵਾਂ ਨੂੰ ਤੇ ਤੈਨੂੰ ਦੂਜੇ ਦਿਨ ਹੀ ਤੇਰੇ ਘਰੇ ਭੇਜਦੇ। ਜਿੰਨਾ ਮਰਜ਼ੀ ਮੈਂ ਨਾ ਕਰਦੀ, ਫਿਰ ਵੀ ਉਹ ਕਹਿੰਦੇ ਨਹੀਂ ਮੰਮੀ ਆਪਾਂ ਭੈਣ ਦਾ ਘਰ ਵਸਾਉਣਾ, ਆਪਾਂ ਛੱਡ ਕੇ ਆਉਂਦੇ। ਕਿਵੇਂ ਆਪਣੀ ਭੈਣਾਂ ਨੂੰ ਫੁੱਲਾਂ ਵਾਂਗ ਰੱਖਦੇ ਆ, ਪੁੱਛਦੇ ਆ ਉਹਨਾਂ ਨੇ, ਨਾ ਬੱਚੇ ਦੀ ਸਾਰ ਪੁੱਛਦੇ, ਉਹ ਕਿਹੜੀ ਛੱਜਦੇ ਹੈਗੀ ਆ। ਉਹ ਬਾਹਰ ਬਹਿ ਗਿਆ ਵੈ, ਕਿਸੇ ਥਾਂ ਦਾ ਮੈਨੂੰ ਨੀ ਪਤਾ, ਮੈਨੂੰ ਇੱਥੋਂ ਭੇਜੋ ਤੁਸੀਂ, ਮੈਂ ਆਪਣੇ ਬੱਚੇ ਦਾ ਨੀ ਦੁੱਖ ਵੇਖ ਸਕਦੀ। ਚੁੱਪ ਕਰ ਜਾ, ਹਰ ਵਾਰੀ ਮੈਨੂੰ ਚੁੱਪ ਕਰਾਉਂਦੇ ਹੋ, ਮੈਨੂੰ ਹਿੱਸਾ ਦਿਓ ਐ ਕੀ। ਵੇਖ ਗੁਰਪ੍ਰੀਤ, ਮੈਂ ਤੇਰੇ ਕਰਕੇ ਹੁਣ ਮੈਂ ਸੱਚੇ ਮਨੋ, ਮੈਨੂੰ ਕੋਈ ਲਾਲਚ ਨਹੀਂ ਹੈਗਾ, ਮੈਂ ਸ਼ਮੀ ਦੇ ਅੱਗੇ ਜਾ ਕੇ ਹੱਥ ਪੱਲਾ ਜੋੜਾਂਗੀ ਸਿਰਫ ਤੇਰੇ ਕਰਕੇ ਕਿ ਮੇਰੀ ਧੀ ਦਾ ਘਰ ਟੁੱਟਣ ਤੋਂ ਬਚਾ ਲਾ। ਬਸ ਚੁੱਪ ਕਰ, ਮੈਂ ਸਿਰਫ ਇਸ ਵਾਰ ਸੱਚੇ ਮਨੋ, ਮੇਰੇ ਮਨ ਵਿੱਚ ਕੋਈ ਲਾਲਚ ਨਹੀਂ ਕਿਸੇ ਤਰ੍ਹਾਂ ਦਾ ਵੀ, ਸ਼ਮੀ ਦੇ ਜਾ ਕੇ ਹੱਥ ਪੱਲਾ ਜੋੜਨਾ ਪੈਣਾ ਮੈਨੂੰ ਕਿ ਸ਼ਮੀ ਮੇਰੀ ਧੀ ਦਾ ਘਰ ਬਚਾ ਲਾ। ਮੈਂ ਕੋਈ ਵੀ ਨਹੀਂ ਖੇਡ ਖੇਡਣ ਡਈ, ਬਥੇਰੀਆਂ ਮੈਂ ਖੇਡਾਂ ਖੇਡੀਆਂ, ਪਰ ਇਸ ਵਾਰ ਨਹੀਂ ਸ਼ਮੀ। ਬਸ ਤੂੰ ਹੀ ਹੈ ਇੱਕ ਜਿਹੜੀ ਮੇਰੀ ਧੀ ਦਾ ਘਰ ਬਚਾ ਸਕਦੀ। ਮੇਰੇ ਕੋਲ ਧੀਏ, ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈਗਾ, ਮੇਰੇ ਕੋਲ ਕੁਝ ਨਹੀਂ ਹੈਗਾ। ਬਸ ਵਾਹਿਗੁਰੂ ਜੀ ਕਿਰਪਾ ਕਰ, ਮੇਰੀ ਧੀ ਦਾ ਘਰ ਬਚ। ਕੋਈ ਨੀ, ਮੈਂ ਕਰਾਂਗੀ ਭਾਬੀ ਨਾਲ ਆਪੇ ਗੱਲ।